ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਇਸ ਵਕਤ ਸਾਰੀ ਦੁਨੀਆ ਦੇ ਵਿੱਚ ਕਰੋਨਾ ਵਾਇਰਸ ਆਪਣਾ ਕਹਿਰ ਢਾ ਰਿਹਾ, ਸੋ ਮੈਂ ਆਪਣੇ ਸਾਰੇ ਭੈਣ ਭਰਾਵਾਂ, ਬਜ਼ੁਰਗਾਂ, ਮਾਤਾਵਾਂ, ਬੱਚਿਆਂ ਨੂੰ, ਸਾਰਿਆਂ ਨੂੰ ਬੇਨਤੀ ਕਰਦਾ, ਅਪੀਲ ਕਰਦਾ, ਪਲੀਜ਼ ਸਟੇ ਐਟ ਹੋਮ, ਆਪਣੇ ਆਪ ਨੂੰ ਲੋਕਡਾਊਨ ਕਰ ਲਓ, ਔਰ ਜੋ ਪ੍ਰਸ਼ਾਸਨ ਸਾਡੇ ਵਾਸਤੇ ਕਰ ਰਿਹਾ ਉਹਨਾਂ ਦੀਆਂ ਹਦਾਇਤਾਂ ਨੂੰ ਮੰਨੋ, ਕਿਉਂਕਿ ਉਹ ਸਾਤੋਂ ਨਾ ਕੋਈ ਧਨ ਦੌਲਤ ਨਾ ਜਾਇਦਾਦ ਮੰਗ ਰਿਹਾ, ਸਿਰਫ ਡਿਸਿਪਲਿਨ ਮੰਗ ਰਿਹਾ, ਸਿਰਫ ਇਹ ਕਹਿ ਰਿਹਾ ਵੀ ਤੁਸੀਂ ਆਪਣੇ ਆਪ ਨੂੰ ਮਹਿਫੂਜ਼ ਰੱਖੋ, ਆਪਣੇ ਘਰਾਂ ਵਿੱਚ ਆਪਣੇ ਆਪ ਨੂੰ ਲੋਕਡਾਊਨ ਕਰ ਲਓ, ਪਲੀਜ਼ ਸਟੇ ਐਟ ਹੋਮ। ਸੋ ਸਾਡੇ ਵਾਸਤੇ ਕਰ ਰਹੇ ਨੇ, ਔਰ ਮੈਂ ਬੇਨਤੀ ਕਰਦਾ ਆਪ ਸਭ ਦੇ ਚਰਨਾਂ ਦੇ ਵਿੱਚ ਵੀ ਤੁਸੀਂ ਪ੍ਰਸ਼ਾਸਨ ਦੀ ਇਸ ਬੇਨਤੀ ਨੂੰ ਕਬੂਲੋਗੇ, ਕਿਉਂਕਿ ਉਹ ਸਾਡੇ ਲਈ ਹੀ ਹੈ ਯਾਰ। ਅਤੇ ਮੈਂ ਇੱਕ ਬੇਨਤੀ ਹੋਰ ਕਰਨੀ ਸੀਗੀ, ਕਿਉਂਕਿ ਪਿੱਛੇ ਜੇ ਮੈਂ ਇੱਕ ਵੀਡੀਓ ਦੇਖੀ ਸੀ ਦੋ ਦਿਨ ਪਹਿਲਾਂ, ਜਿੱਦਣ 22 ਨੂੰ, ਤਾਂ ਆਪਾਂ ਐਂ ਬਾਹਰ ਨਿਕਲੇ ਜਿਵੇਂ ਕੋਈ ਵਰਲਡ ਕੱਪ ਜਿੱਤਿਆ ਹੁੰਦਾ। ਉਹ ਬੜੀ ਹਾਸੋਹੀਣੀ ਗੱਲ ਸੀਗੀ, ਕਿਉਂਕਿ ਆਪਾਂ ਸਿੱਧੇ ਲਫ਼ਜ਼ਾਂ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਨੇ ਬੜੇ ਸਰਲ ਸ਼ਬਦਾਂ ਦੇ ਵਿੱਚ ਇਹ ਕਿਹਾ ਸੀਗਾ, ਜਿਹੜੇ ਲੋਕ ਸਾਡੇ ਵਾਸਤੇ ਫਰੰਟ ਫੁੱਟ 'ਤੇ ਕੰਮ ਕਰ ਰਹੇ ਨੇ, ਜਾਂ ਡਾਕਟਰਸ ਹੋਏ, ਚਾਹੇ ਉਹ ਪੁਲਿਸ ਕਰਮਚਾਰੀ ਹੋਏ, ਚਾਹੇ ਦੀ ਐਡਮਿਨਿਸਟ੍ਰੇਸ਼ਨ, ਜਿਹੜੇ ਆਪਣੇ ਜਾਨਾਂ ਦੀ ਪਰਵਾਹ ਨਾ ਕਰਦੇ ਹੋ, ਕਿਉਂਕਿ ਉਹਨਾਂ ਦੇ ਪਰਿਵਾਰ ਨੇ ਉਹ ਸਾਡੇ ਵਾਸਤੇ ਜੂਝ ਰਹੇ ਨੇ ਇਸ ਕਰੋਨਾ ਵਾਇਰਸ ਦੇ ਨਾਲ, ਉਹਨਾਂ ਨੂੰ ਸਲਿਊਟ ਕਰਨ ਦੇ ਲਈ ਉਹ ਦਿਨ 5 ਤਾੜੀ ਵਜਾਉਣ ਨੂੰ ਜਾਂ ਥਾਲੀ ਖੜਕਾਉਣ ਨੂੰ ਕਿਹਾ ਸੀਗਾ, ਨਾ ਕਿ ਸੜਕਾਂ ਉੱਤਰੇ ਪੂਰਾ ਆਵਾਮ ਲੈ ਕੇ ਤੁਸੀਂ ਪੂਰੇ ਹਜੂਮ ਦੇ ਵਿੱਚ, ਪੂਰੇ ਇੱਕ ਜਲੂਸ ਦੇ ਜਲਸੇ ਦੇ ਰੂਪ ਦੇ ਵਿੱਚ ਉਤਰਿਓ। ਸੋ ਪਲੀਜ਼ ਇੱਦਾਂ ਨਾ ਕਰੋ, ਕਿਉਂਕਿ ਤੁਸੀਂ ਆਪ ਦੇਖੋ ਜਦੋਂ ਕਿਸੇ ਬੱਚੇ 'ਤੇ ਇੰਜੈਕਸ਼ਨ ਲੱਗਦਾ ਨਾ, ਤਾਂ ਮਾਂ ਆਪਣੀਆਂ ਅੱਖਾਂ ਬੰਦ ਕਰ ਲੈਂਦੀ ਹੈ, ਔਰ ਜਿਹੜਾ ਬੱਚਾ ਹੁੰਦਾ ਉਹ ਮਾਂ ਦੀ ਗੋਦੀ ਤੋਂ ਬਿਨਾਂ ਰਹਿ ਨਹੀਂ ਸਕਦਾ। ਤਾਂ ਜਿਹੜੇ ਬੱਚੇ ਇਨਫੈਕਟਡ ਹੋ ਚੁੱਕੇ ਨੇ, ਕਈ ਇੱਦਾਂ ਦੇ ਕੇਸਿਸ ਆਏ ਨੇ, ਉਹਨਾਂ ਨੂੰ ਆਪਣੀਆਂ ਮਾਵਾਂ ਕੋਲੋਂ ਦੂਰ ਕਰ ਦਿੱਤਾ ਗਿਆ। ਸੋ ਮੈਂ ਚਾਹੁੰਦਾ ਆਪਣੇ 'ਤੇ ਇੱਦਾਂ ਦੇ ਦਿਨ ਨਾ ਆਉਣ, ਇੱਦਾਂ ਦਾ ਪਲ, ਇੱਦਾਂ ਦੀ ਘੜੀ ਵਾਹਿਗੁਰੂ ਸਾਨੂੰ ਨਾ ਦਿਖਾਵੇ। ਇਹ ਤਾਂ ਹੀ ਹੋ ਸਕਦਾ ਜਿੰਨਾ ਚਿਰ ਵੈਕਸੀਨ ਨਹੀਂ ਨਿਕਲਦੀ। ਆਪਣੇ ਆਪ ਨੂੰ ਪਲੀਜ਼ ਲੋਕਡਾਊਨ ਕਰ ਲਓ, ਪਲੀਜ਼ ਸਟੇ ਐਟ ਹੋਮ। ਇਹੀ ਬੇਨਤੀ ਹੈ, ਇਹੀ ਪ੍ਰਸ਼ਾਸਨ ਆਪਣੇ ਅੱਗੇ ਗੁਜ਼ਾਰਿਸ਼ ਕਰ ਰਿਹਾ, ਇਹੀ ਮੈਂ ਬੇਨਤੀ ਕਰ ਰਿਹਾ ਆਪ ਸਭ ਦੇ ਚਰਨਾਂ ਦੇ ਵਿੱਚ। ਜੇ ਇਸ ਚੇਨ ਨੂੰ ਤੋੜਨਾ, ਜੇ ਆਪਾਂ ਸਮਾਜ ਨੂੰ, ਜੇ ਤੁਸੀਂ ਆਪਣੇ ਆਪ ਨੂੰ ਪਿਆਰ ਕਰਦੇ ਹੋ, ਆਪਣੇ ਸਮਾਜ ਨੂੰ ਪਿਆਰ ਕਰਦੇ ਹੋ, ਆਪਣੇ ਆਲੇ ਦੁਆਲੇ ਮੰਮੀ ਪਾਪਾ ਬਜ਼ੁਰਗਾਂ ਨੂੰ ਜਾਂ ਕਿਸੇ ਨੂੰ ਵੀ ਪਿਆਰ ਕਰਦੇ ਹੋ, ਤਾਂ ਪਲੀਜ਼ ਆਪਣੇ ਆਪ ਨੂੰ ਮਹਿਫੂਜ਼ ਰੱਖੋ, ਆਪਣੇ ਘਰਾਂ ਵਿੱਚ ਲੋਕਡਾਊਨ ਕਰ ਲਓ, ਪਲੀਜ਼ ਸਟੇ ਐਟ ਹੋਮ। ਔਰ ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਸਾਡਾ ਛੇਤੀ ਛੇਤੀ ਇਹ ਕਰੋਨਾ ਵਾਇਰਸ ਤੋਂ ਛੁਟਕਾਰਾ ਪਾਵੇ, ਔਰ ਤੁਹਾਡੀਆਂ ਚੜ੍ਹਦੀਆਂ ਕਲਾ ਦੀ ਕਾਮਨਾ ਕਰਦਾ ਮੈਂ। ਵਾਹਿਗੁਰੂ ਆਪ ਸਭ ਨੂੰ ਚੜ੍ਹਦੀਆਂ ਕਲਾ ਵਿੱਚ ਰੱਖਣ। ਸਤਿ ਸ਼੍ਰੀ ਅਕਾਲ ਜੀ, ਚੜ੍ਹਦੀਆਂ ਕਲਾ ਚ ਰਹੋ।